ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਜੋ ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਹੋਣੀਆਂ ਸੀ ਉਹਨਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ। ਤਾਂ ਦੱਸ ਦਈਏ ਕਿ ਜਲੰਧਰ ਵੈਸਟ ਦੇ ਵਿੱਚ ਜੋ ਜ਼ਿਮਨੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਇਹ ਵੱਡਾ ਬਦਲਾਅ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਕੀਤਾ ਜਾਣਾ। ਦੱਸ ਦਈਏ ਕਿ ਜਲੰਧਰ ਵੈਸਟ ਦੇ ਵਿੱਚ 10 ਜੁਲਾਈ ਨੂੰ ਵੋਟਿੰਗ ਹੋਣੀ ਹੈ ਤੇ 13 ਜੁਲਾਈ ਨੂੰ ਇਸ ਦੇ ਨਤੀਜੇ ਆਉਣੇ ਨੇ। ਤੇ ਇਸੇ ਦੌਰਾਨ ਕਿਹਾ ਜਾ ਰਿਹਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਜੋ ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਸੀ 10 ਤਰੀਕ ਨੂੰ ਹੀ ਲਈਆਂ ਜਾਣੀਆਂ ਸੀ, ਪਰ ਇਲੈਕਸ਼ਨ ਦੇ ਕਾਰਨ ਹੁਣ ਇਹਨਾਂ ਦੇ ਡੇਟਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ। ਤਾਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੇ ਪੇਪਰਾਂ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ। ਦੱਸ ਦਈਏ ਕਿ ਜੋ ਇਹ ਪੇਪਰ ਹੁਣ ਹੋਣੇ ਸੀ ਉਸ ਦੇ ਬਾਰੇ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਜੋ ਇਹ ਪੇਪਰ ਹੋਣੇ ਸੀ ਪਹਿਲਾਂ 10 ਜੁਲਾਈ ਨੂੰ, ਹੁਣ ਜੋ ਹੈ ਉਸ ਦੇ ਵਿੱਚ 5ਵੀਂ ਦੇ ਪੇਪਰ ਜੋ ਨੇ ਉਹ 12 ਜੁਲਾਈ ਨੂੰ ਹੋਣਗੇ ਅਤੇ 8ਵੀਂ ਦੇ ਪੇਪਰ ਜੋ ਨੇ ਉਹ 17 ਜੁਲਾਈ ਨੂੰ ਅਤੇ 10ਵੀਂ ਦਾ ਪੇਪਰ ਵੀ 17 ਜੁਲਾਈ ਨੂੰ ਹੋਵੇਗਾ ਅਤੇ 12ਵੀਂ ਦੀ ਜੋ ਪ੍ਰੀਖਿਆ ਉਹ ਵੀ 20 ਜੁਲਾਈ ਨੂੰ ਲਈ ਜਾਵੇਗੀ। ਤਾਂ ਦੱਸ ਦਈਏ ਕਿ ਕੰਪਾਰਟਮੈਂਟ ਦੀਆਂ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਬਦਲਾਅ ਕੀਤਾ ਗਿਆ। ਜੋ 10 ਜੁਲਾਈ ਨੂੰ ਹੋਣੀਆਂ ਸੀ ਉਹਨਾਂ ਦੇ ਡੇਟਾਂ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਬਦਲਾਅ ਕੀਤਾ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ ਕਿ 10 ਜੁਲਾਈ ਨੂੰ ਹੋਣ ਵਾਲੇ ਪੇਪਰ ਨੂੰ ਜੋ ਹੈ ਉਹ ਸਥਗਿਤ ਕਰ ਦਿੱਤਾ ਗਿਆ ਅਤੇ ਨਵੀਆਂ ਡੇਟਾਂ ਦਾ ਐਲਾਨ ਕੀਤਾ ਗਿਆ, ਜਿਸ ਦੌਰਾਨ 5ਵੀਂ ਦੀਆਂ ਪ੍ਰੀਖਿਆਵਾਂ ਜੋ ਨੇ ਉਹ 12 ਜੁਲਾਈ ਨੂੰ ਹੋਣਗੀਆਂ ਅਤੇ 8ਵੀਂ ਦੀਆਂ 17 ਜੁਲਾਈ ਨੂੰ ਅਤੇ 10ਵੀਂ ਦੀਆਂ ਵੀ 17 ਜੁਲਾਈ ਨੂੰ ਅਤੇ 12ਵੀਂ ਦੀ ਪ੍ਰੀਖਿਆ ਜੋ ਹੈ ਉਹ 20 ਜੁਲਾਈ ਨੂੰ ਹੋਵੇਗੀ। ਹਾਲਾਂਕਿ ਜੋ ਅਪਲਾਈ ਕਰਨ ਦੀ ਡੇਟ ਹੈ ਉਹ 20 ਜੂਨ ਹੈ ਅਤੇ ਅੱਜ ਦਾ ਦਿਨ ਯਾਨੀ ਕਿ ਲਾਸਟ ਦਿਨ ਹੈ, ਅੱਜ ਹੀ ਤੁਸੀਂ ਅਪਲਾਈ ਜੋ ਹੈ ਕਰ ਸਕਦੇ ਹੋ ਕੰਪਾਰਟਮੈਂਟ ਦੀ ਪ੍ਰੀਖਿਆਵਾਂ ਦੇ ਲਈ ਅਤੇ ਫੀਸ ਭਰਨ ਦੀ ਜੋ ਤਰੀਕ ਹੈ ਉਹ ਵੀ 20 ਜੂਨ ਹੀ ਨਿਸ਼ਚਿਤ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਵੈਸਟ ਹਲਕੇ ਦੇ ਵਿੱਚ ਇਹ ਜ਼ਿਮਨੀ ਚੋਣ ਹੋਣੀ ਹੈ ਕਿਉਂਕਿ ਉੱਥੋਂ ਆਮ ਆਦਮੀ ਪਾਰਟੀ ਦੇ ਜੋ ਸ਼ੀਤਲ ਅੰਗੂਰਾਲ ਸੀ ਉਹਨਾਂ ਦੇ ਵੱਲੋਂ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਹੈ। ਤਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਜਪਾ ਦੇ ਵੱਲੋਂ ਸ਼ੀਤਲ ਅੰਗੂਰਾਲ ਨੂੰ ਹੀ ਉੱਥੋਂ ਉਮੀਦਵਾਰ ਐਲਾਨਿਆ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਨੂੰ ਅਤੇ ਕਾਂਗਰਸ ਦੇ ਵੱਲੋਂ ਵੀ ਬੀਤੀ ਸ਼ਾਮ ਨੂੰ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ, ਜਿੱਥੋਂ ਕਿ ਸੁਰਿੰਦਰ ਕੌਰ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ। ਤੇ ਇਸੇ ਦੌਰਾਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ, ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਦੇ ਵਿੱਚ ਵੱਡਾ ਬਦਲਾਅ ਕੀਤਾ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਜੋ ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਹੋਣੀਆਂ ਸੀ ਉਹਨਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ। ਤਾਂ ਦੱਸ ਦਈਏ ਕਿ ਜਲੰਧਰ ਵੈਸਟ ਦੇ ਵਿੱਚ ਜੋ ਜ਼ਿਮਨੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਇਹ ਵੱਡਾ ਬਦਲਾਅ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਕੀਤਾ ਜਾਣਾ। ਦੱਸ ਦਈਏ ਕਿ ਜਲੰਧਰ ਵੈਸਟ ਦੇ ਵਿੱਚ 10 ਜੁਲਾਈ ਨੂੰ ਵੋਟਿੰਗ ਹੋਣੀ ਹੈ ਤੇ 13 ਜੁਲਾਈ ਨੂੰ ਇਸ ਦੇ ਨਤੀਜੇ ਆਉਣੇ ਨੇ। ਤੇ ਇਸੇ ਦੌਰਾਨ ਕਿਹਾ ਜਾ ਰਿਹਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਜੋ ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਸੀ 10 ਤਰੀਕ ਨੂੰ ਹੀ ਲਈਆਂ ਜਾਣੀਆਂ ਸੀ, ਪਰ ਇਲੈਕਸ਼ਨ ਦੇ ਕਾਰਨ ਹੁਣ ਇਹਨਾਂ ਦੇ ਡੇਟਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ। ਤਾਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੇ ਪੇਪਰਾਂ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ। ਦੱਸ ਦਈਏ ਕਿ ਜੋ ਇਹ ਪੇਪਰ ਹੁਣ ਹੋਣੇ ਸੀ ਉਸ ਦੇ ਬਾਰੇ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਜੋ ਇਹ ਪੇਪਰ ਹੋਣੇ ਸੀ ਪਹਿਲਾਂ 10 ਜੁਲਾਈ ਨੂੰ, ਹੁਣ ਜੋ ਹੈ ਉਸ ਦੇ ਵਿੱਚ 5ਵੀਂ ਦੇ ਪੇਪਰ ਜੋ ਨੇ ਉਹ 12 ਜੁਲਾਈ ਨੂੰ ਹੋਣਗੇ ਅਤੇ 8ਵੀਂ ਦੇ ਪੇਪਰ ਜੋ ਨੇ ਉਹ 17 ਜੁਲਾਈ ਨੂੰ ਅਤੇ 10ਵੀਂ ਦਾ ਪੇਪਰ ਵੀ 17 ਜੁਲਾਈ ਨੂੰ ਹੋਵੇਗਾ ਅਤੇ 12ਵੀਂ ਦੀ ਜੋ ਪ੍ਰੀਖਿਆ ਹੈ ਉਹ ਵੀ 20 ਜੁਲਾਈ ਨੂੰ ਲਈ ਜਾਵੇਗੀ। ਤਾਂ ਦੱਸ ਦਈਏ ਕਿ ਕੰਪਾਰਟਮੈਂਟ ਦੀਆਂ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਬਦਲਾਅ ਕੀਤਾ ਗਿਆ,
ਜੋ 10 ਜੁਲਾਈ ਨੂੰ ਹੋਣੀਆਂ ਸੀ ਉਹਨਾਂ ਦੇ ਡੇਟਾਂ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਬਦਲਾਅ ਕੀਤਾ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ ਕਿ 10 ਜੁਲਾਈ ਨੂੰ ਹੋਣ ਵਾਲੇ ਪੇਪਰ ਨੂੰ ਜੋ ਹੈ ਉਹ ਸਥਗਿਤ ਕਰ ਦਿੱਤਾ ਗਿਆ ਅਤੇ ਨਵੀਆਂ ਡੇਟਾਂ ਦਾ ਐਲਾਨ ਕੀਤਾ ਗਿਆ, ਜਿਸ ਦੌਰਾਨ 5ਵੀਂ ਦੀਆਂ ਪ੍ਰੀਖਿਆਵਾਂ ਜੋ ਨੇ ਉਹ 12 ਜੁਲਾਈ ਨੂੰ ਹੋਣਗੀਆਂ ਅਤੇ 8ਵੀਂ ਦੀਆਂ 17 ਜੁਲਾਈ ਨੂੰ ਅਤੇ 10ਵੀਂ ਦੀਆਂ ਵੀ 17 ਜੁਲਾਈ ਨੂੰ ਅਤੇ 12ਵੀਂ ਦੀ ਪ੍ਰੀਖਿਆ ਜੋ ਹੈ ਉਹ 20 ਜੁਲਾਈ ਨੂੰ ਹੋਵੇਗੀ। ਹਾਲਾਂਕਿ ਜੋ ਅਪਲਾਈ ਕਰਨ ਦੀ ਡੇਟ ਹੈ ਉਹ 20 ਜੂਨ ਹੈ ਅਤੇ ਅੱਜ ਦਾ ਦਿਨ ਯਾਨੀ ਕਿ ਲਾਸਟ ਦਿਨ ਹੈ, ਅੱਜ ਹੀ ਤੁਸੀਂ ਅਪਲਾਈ ਜੋ ਹੈ ਕਰ ਸਕਦੇ ਹੋ ਕੰਪਾਰਟਮੈਂਟ ਦੀ ਪ੍ਰੀਖਿਆਵਾਂ ਦੇ ਲਈ। ਅਤੇ ਫੀਸ ਭਰਨ ਦੀ ਜੋ ਤਰੀਕ ਹੈ ਉਹ ਵੀ 20 ਜੂਨ ਹੀ ਨਿਸ਼ਚਿਤ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਵੈਸਟ ਹਲਕੇ ਦੇ ਵਿੱਚ ਇਹ ਜ਼ਿਮਨੀ ਚੋਣ ਹੋਣੀ ਹੈ, ਕਿਉਂਕਿ ਉੱਥੋਂ ਆਮ ਆਦਮੀ ਪਾਰਟੀ ਦੇ ਜੋ ਸ਼ੀਤਲ ਅੰਗੂਰਾਲ ਸੀ ਉਹਨਾਂ ਦੇ ਵੱਲੋਂ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਹੈ। ਤਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਜਪਾ ਦੇ ਵੱਲੋਂ ਸ਼ੀਤਲ ਅੰਗੂਰਾਲ ਨੂੰ ਹੀ ਉੱਥੋਂ ਉਮੀਦਵਾਰ ਐਲਾਨਿਆ ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਨੂੰ ਅਤੇ ਕਾਂਗਰਸ ਦੇ ਵੱਲੋਂ ਵੀ ਬੀਤੀ ਸ਼ਾਮ ਨੂੰ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ, ਜਿੱਥੋਂ ਕਿ ਸੁਰਿੰਦਰ ਕੌਰ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ। ਅਤੇ ਇਸੇ ਦੌਰਾਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ, ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਦੇ ਵਿੱਚ ਵੱਡਾ ਬਦਲਾਅ ਕੀਤਾ।